हरियाणा ਸਰਕਾਰ ਦਾ ਕਿਸਾਨਾਂ ਦੇ ਲਈ ਵੱਡਾ ਐਲਾਨ ਦਰਸ਼ਕਾਂ ਘਾਰੇ ਕਿਸਾਨਾਂ ਤੇ ਨਹੀਂ ਲੱਗੇ ਗਏ ਐਨਐਸਏ ਆਈਜੀ ਨੇ ਕਿਤੇ ਨਿਰਦੇਸ਼ ਜਾਰੀ ਸਤਿ ਸ਼ਕਾਲ ਮੈਂ ਹਰਮਨ ਖਲਰ ਛੜਦੀਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜਿੱਥੇ ਇੱਕ ਪਾਸੇ ਹਰਿਆਣਾ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤਾਂ ਇਸ ਵਿਚਾਲੇ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਪੱਬਾ ਪਾਰ ਹੈ ਤੁਸੀਂ ਵੇਖਿਆ ਹੋਵੇਗਾ 13 ਫਰਵਰੀ ਦਾ ਜਦੋਂ ਦਾ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਸੀ ਜਿਹੜੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਤਾਂ ਉਹਨਾਂ ਦੇ ਪ੍ਰਤੀ ਜਿਹੜਾ ਪ੍ਰਸ਼ਾਸਨ ਦਾ ਰਵਈਆ ਸੀ ਤੁਸੀਂ ਵੇਖਿਆ ਹੋਵੇਗਾ ਅਥਰੂ ਗੈਸ ਦੇ ਛੱਟੇ ਜਾ ਰਹੇ ਸੀ ਜਿਸ ਦਰਮਿਆਨ ਕਾਫੀ ਸਾਰੇ ਜੜੇ ਕਿਸਾਨ ਨੌਜਵਾਨ ਸੀ ਉਹਨਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਤੇ ਕਾਫੀ ਸਾਰੇ ਜ਼ਖਮੀ ਵੀ ਹੋਏ ਜਿਨ੍ਹਾਂ ਨੂੰ ਬੀਤੇ ਦਿਨ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਮਾਲ ਦਾ ਨੁਕਸਾਨ ਹੈ ਉਹ ਵੀ ਕਾਫੀ ਜ਼ਿਆਦਾ ਹੋਇਆ ਸੋ ਇਸ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈ ਲਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਐ ਜਾਇਦਾਦ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਉੱਥੇ ਦੀ ਜਿਹੜੀ ਬਾਰਡਰਾਂ ਤੇ ਜਿੰਨੀ ਵੀ ਗੱਡੀਆਂ ਨੇ ਮਾਲ ਹੈ ਉੱਥੇ ਦਾ ਜਿਹੜਾ ਹਰਿਆਣਾ ਦਾ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਵੱਡਾ ਨਿਰਦੇਸ਼ ਜਾਰੀ ਕਰ ਦਿੱਤਾ ਸੀ ਕਿ ਕਿਸਾਨ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਤੇ ਜਾਇਦਾਦ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਦੀ ਤਾਂ ਉਹਨਾਂ ਤੇ ਐਨਐਸਏ ਲੱਗੇਗਾ ਤਾਂ ਉਹਨੇ ਕਿ ਵੱਡਾ ਬਦਲਾਵ ਏਖਣ ਨੂੰ ਮਿਲਿਆ ਜਾਂ ਕਹਿ ਸਕਦੇ ਆ ਕਿ ਆਈਜੀ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਵੱਡੀ ਰਾਹਤ ਵੀ ਕਹਿ ਸਕਦੇ ਆ ਕਿਉਂਕਿ ਇੱਕ ਪਾਸੇ ਪੰਜ ਜਦ ਸਰਕਾਰ ਕਹਿ ਲਈਏ ਜਾਂ ਫਿਰ ਜਿਹੜੇ ਕਿਸਾਨ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉੱਥੇ ਪਹੁੰਚ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਉਹਨਾਂ ਦੇ ਬਿਆਨ ਸਾਹਮਣੇ ਆਏ ਨੇ ਕਿ ਜਿਹੜੇ ਹਰਿਆਣੇ ਨਾਲ ਤਾਂ ਉਹਨਾਂ ਦੀ ਕੋਈ ਹੈ ਹੀ ਨਹੀਂ ਸੀ ਲਗੜ ਲੱਟ ਫਿਰ ਉਹਨਾਂ ਦੇ ਵੱਲੋਂ ਅਜਿਹਾ ਸਖਤ ਰਵਈਆ ਪੰਜਾਬ ਦੇ ਲਈ ਕਿਉਂ ਇਕਤਿਆਰ ਕੀਤਾ ਗਿਆ ਤਾਂ ਅਜੇ ਪ੍ਰਸ਼ਾਸਨ ਤੇ ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਸੀ ਇਸ ਰੇੜਕੇ ਦੇ ਵਿਚਾਰੇ ਕਿ ਰਾਹਤ ਪਰ ਹੀ ਖਬਰ ਹੈ ਤੇ ਐਨਐਸਏ ਨੂੰ ਲੈ ਕੇ ਆਈਜੀ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਕਿ ਹੁਣ ਕਿਸਾਨਾਂ ਤੇ ਐਨਐਸਏ ਨਹੀਂ ਲੱਗੇਗਾ ਤਾਂ ਇਹ ਕਹਿ ਸਕਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਇਹ ਖਿੱਚ ਬਣੀ ਹੋਈ ਸੀਗੀ ਇੱਕ ਇਹ ਰੇੜਕਾ ਬਰਕਰਾਰ ਹੋ ਗਿਆ ਸੀਗਾ ਦਰਅਸਲ ਗੱਲਬਾਤ ਤਾਂ ਸਾਰੀ ਪੰਜਾਬ ਦੀ ਸੀ ਤੇ ਕੇਂਦਰ ਸਰਕਾਰ ਦੇ ਨਾਲ ਸੀ ਪਰ ਹਰਿਆਣਾ ਤੋਂ ਵੀ ਵਿੱਚ ਆ ਗਿਆ ਸੀ ਹਰਿਆਣੇ ਨੂੰ ਲੈ ਕੇ ਹੁਣ ਇਹ ਇੱਕ ਰਾਹਤ ਭਰੀ ਖਬਰ ਸਾਹਮਣੇ ਆ ਚੁੱਕੀ ਹੈ ਐਨਐਸਏ ਨਹੀਂ ਲੱਗੇਗਾ

तो से कोई अपील थी। किसानों से मेरी यही अपील है कि लॉ एंड ऑर्डर हाथ में ना लें कानून व्यवस्था को समझे शांति बनाए रखें अननेसेसरी जो है किसी तरह का कोई हमारे लिए भी परेशानी ना करें अगर लॉ एंड ऑर्डर मेंटेन रहेगा शांति बनी रहेगी तो हमारी तरफ से कोई किसी तरह का अननेसेसरी एक्शन नहीं लिया जाएगा किसी के भी खिलाफ़